ਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਆ ਕਿ ਸਭ ਦੋਸਤ ਸਖੈਰ ਖੈਰੀਤ ਨਾਲ ਹੋਣਗੇ ਤੇ ਅੱਜ ਅਸੀਂ ਦੋਸਤਾਂ ਵਾਸਤੇ ਇੱਕ ਬੜੀ ਅੱਛੀ ਇਨਫਰਮੇਸ਼ਨ ਲੈ ਕੇ ਆਏ ਆ ਤੇ ਬੜਾ ਮਿਹਰਬਾਨੀ ਕਰਕੇ ਸਭ ਦੋਸਤਾਂ ਨੂੰ ਰਿਕੁਐਸਟ ਕਰਨੇ ਆ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਦੋਸਤਾਂ ਦੇ ਨਾਲ ਸ਼ੇਅਰ ਵੀ ਕਰੋ ਉਹ ਵੀਡੀਓ ਅਗਰ ਅੱਛੀ ਲੱਗੇ ਤੇ ਬੜਾ ਮਿਹਰਬਾਨੀ ਕਰਕੇ ਕਮੈਂਟ ਕਰਿਆ ਕਰੋ ਅਗਰ ਕੋਈ ਸਵਾਲ ਜਵਾਬ ਹੋਏ ਤੇ ਉਹ ਵੀ ਤੁਸੀਂ ਕਮੈਂਟ ਦੇ ਵਿੱਚ ਪੋਚ ਸਕਦੇ ਹੋ ਸਬਸਕ੍ਰਾਈਬ ਨਾਓ ਐਂਡ ਪ੍ਰੈਸ ਦ ਬੈਲ ਆਈਕਨ ਨੈਵਰ ਮਿਸ ਐਨ ਅਪਡੇਟ ਤੋ ਜੀ ਦੋਸਤੋ ਚੱਲਨੇ ਆਪਣੀ ਇਨਫੋਰਮੇਸ਼ਨ ਦੀ ਤਰਫ ਤੇ ਪਿਛਲੇ ਵੀਕਐਂਡ ਦੇ ਵਿੱਚ ਮੈਂ ਆਲਰੇਡੀ ਵੀਡੀਓ ਅਪਲੋਡ ਕੀਤੀ ਸੀ ਦੋਸਤਾਂ ਵਾਸਤੇ ਕਿ ਇੱਕ ਕਾਸਾ ਸਪੈਸ਼ਲ ਹੈ ਉਹ ਪਨੋਆ ਦਾ ਯਾਨੀ ਕਿ ਇਮੀਗ੍ਰੇਸ਼ਨ ਦਾ ਐਕਸਪੀ ਇਹਨਾਂ ਦਾ ਕਾਊਂਟਰ ਇੱਕ ਸਪੈਸ਼ਲ ਕਾਊਂਟਰ ਹੈ ਕਿ ਇਮੀਗ੍ਰੇਸ਼ਨ ਦਾ ਓਪਨ ਹੋਇਆ ਜਾਵੇ ਉਹਨਾਂ ਦੋਸਤਾਂ ਵਾਸਤੇ ਕਿ ਜਿਹੜੇ ਦੋਸਤ ਆਲਰੇਡੀ ਇਟਲੀ ਦੇ ਵਿੱਚ ਰਹਿ ਰਹੇ ਨੇ ਔਰ ਉਹ ਦੋਸਤ ਕਿ ਜਿਨ੍ਹਾਂ ਨੂੰ ਆਲਰੇਡੀ ਇਟਲੀ ਦੇ ਵਿੱਚ 1 ਸਾਲ ਜਾਂ ਉਸ ਤੋਂ ਜ਼ਿਆਦਾ ਅਰਸਾ ਹੋ ਗਿਆ ਤੇ ਬਿਲਕੁਲ ਉਹ ਜਿਹੜਾ ਕਾਊਂਟਰ ਹੈ ਉਹ ਖੁੱਲਾ ਜਾਵੇ ਹਲਾ ਤੱਕਰ ਕਲੋਜ਼ ਨਹੀਂ ਹੋਇਆ ਤੇ ਉਦੇ ਵਾਸਤੇ ਤੁਹਾਨੂੰ ਜਿਹੜਾ ਵੇ ਉਹ ਸਿਸਟਮ ਉਹਨਾਂ ਥੋੜਾ ਜਿਹਾ ਚੇਂਜ ਕਰ ਦਿੱਤਾ ਹੋਵੇ ਕਿ ਤੁਸੀਂ ਕਿਸੇ ਵੀ ਵਕੀਲ ਦੇ ਕੋਲ ਜਾਓ ਕਿਸੇ ਦੇ ਵਕੀਲ ਦੇ ਕੋਲ ਜਾ ਕੇ ਤੇ ਉਹ ਵਕੀਲ ਕੋਲੋਂ ਤੁਸੀਂ ਤਿੰਨ ਫਾਰਮ ਲੈਣੇ ਨੇ ਠੀਕ ਹੈ ਫਾਰਮ ਲੈ ਕੇ ਉਹਨਾਂ ਨੂੰ ਫਿਲਪ ਕਰਨਾ ਹੈ ਫਿਲਮ ਕਰਕੇ ਨਾਲ ਤੁਸੀਂ ਆਪਣੇ ਪਾਸਪੋਰਟ ਦੀ ਕਾਪੀ ਲਾਣੀ ਹੈ origignal passport ਵੀ ਕੋਲ ਹੋਣਾ ਚਾਹੀਦਾ ਉਸ ਤੋਂ ਬਾਅਦ ਜਿਹੜਾ ਤੁਹਾਡੇ ਕੋਲ ਸਬੂਤ ਇੱਕ ਸਾਲ ਪੁਰਾਣਾ 2 ਸਾਲ ਪੁਰਾਣਾ ਆ ਜਾਂ 3 ਸਾਲ ਪੁਰਾਣਾ ਜਿਹੜਾ ਸਬੂਤ ਹੈ ਉਹ ਵੀ ਤੁਸੀਂ ਨਾਲ ਲਾਉਣਾ ਵੇ ਤੇ ਨਾਲ ਤੁਸੀਂ ਆਪਣੇ ਘਰ ਦੀ ਹਾਊਸਪੀਟੀ ਲਾਣੀ ਹੈ ਜਿਸ ਜਗ੍ਹਾ ਤੇ ਤੁਸੀਂ ਰਹਿ ਰਹੇ ਹੋ ਤਿੰਨ ਚੀਜ਼ਾਂ ਨੇ ਚੌਥਾ ਚਾਰ ਚੀਜ਼ਾਂ ਨੇ ਠੀਕ ਹੈ ਉਸ ਤੋਂ ਬਾਅਦ 50 ਯੂਰੋ ਤੁਸੀਂ ਫੀਸ ਧਾਰਨੀ ਹੈ ਪੋਸਟੇ ਦੇ ਵਿੱਚ ਜਿਸ ਟਾਈਮ ਤੁਸੀਂ ਪੋਸਟੇ ਦੇ ਵਿੱਚ ਜਾਣਾ ਬੁਲੇਤੀ ਉਹਨਾਂ ਜਿਹੜੀ ਲੈ ਕੇ ਉਹਨੂੰ ਫਿਲ ਅਪ ਕਰਨਾ ਤੇ ਉਹਨਾਂ ਨੂੰ ਦੱਸਣਾ ਕਿ ਇਹ ਜਿਹੜੀ ਹੈ ਅਸੀਂ ਅਲੈਕਟ੍ਰੋਨੀਕੋ ਸਿਜੋਨ ਨੂੰ ਪਰਮੇਸ਼ਰ ਦੀ ਸਿਜੋਨ ਨੂੰ ਇਲੈਕਟ੍ਰੋਨਿਕ ਵਾਸਤੇ ਐਸੀ ਫੀਸ ਜਮ੍ਹਾਂ ਕਰਵਾ ਰਹੇ ਆਂ ਠੀਕ ਹੈ ਉਹ ਫੀਸ ਤੁਸੀਂ ਜਮ੍ਹਾਂ ਕਰਵਾ ਦੇਣੀ ਹੈ ਉਸ ਤੋਂ ਬਾਅਦ ਜਿਸ ਵਕੀਲ ਕੋਲ ਤੁਸੀਂ ਫਾਰਮ ਲੈਣੇ ਤੁਹਾਨੂੰ ਅਪਾਇੰਟਮੈਂਟ ਵੀ ਲੈ ਕੇ ਦਵੇਗਾ ਆਪਣੀ ਅਪਾਇੰਟਮੈਂਟ ਤੇ ਤੁਸੀਂ ਕਸਤੂਰੇ ਜਾਣਾ ਹੈ ਜਾ ਕੇ ਸਾਰੇ ਡਾਕੂਮੈਂਟ ਤੁਸਾਂ ਦੇਣੇ ਤੇ ਕਸਤੂਰਾ ਤੁਹਾਨੂੰ ਅਪਾਇੰਟਮੈਂਟ ਲੈਟਰ ਦੇ ਦੇਵੇਗਾ ਫਿੰਗਰਾਂ ਦੀ ਜਿਹੜੀ ਤੁਹਾਡੀ ਅਪਾਇੰਟਮੈਂਟ ਲੈਟਰ ਹੈ ਠੀਕ ਉਸ ਤੁਸੀਂ ਫਿੰਗਰ ਦਵੋਗੇ ਤੇ ਤੁਹਾਨੂੰ 2 ਸਾਲ ਦੀ ਸਜੋਰ ਮਿਲ ਜਾਏਗੀ ਤੇ ਦੂਸਰੀ ਅਸੀਂ ਗੱਲ ਕਰਾਂਗੇ ਇਮੀਗ੍ਰੇਸ਼ਨ ਜਿਹੜੀ ਓਪਨ ਹੋਈ ਦੀ ਐ ਫਲੂਸੀ ਇਮੀਗ੍ਰੇਸ਼ਨ ਤੇ ਉਹਦੀ ਅਪਡੇਟ ਇਹ ਆਈ ਹੈ ਕਿ ਬਿਲਕੁਲ ਤੁਸੀਂ ਆਪਣੀ ਸਕਰੀਨ ਦੇ ਉੱਤੇ ਵੀ ਦੇਖਦੇ ਹੋ ਵੇ ਠੀਕ ਹੈ ਦਿਕਰੇ ਤੋਂ ਫਲੂਸੀ 2022 ਕੋਮੇ ਪਰਸੈਂਟ ਦੀ ਮੰਗਾਂ ਯਾਨੀ ਕਿ ਜਿਹੜੀ ਫਲੂਸੀ ਇਮੀਗ੍ਰੇਸ਼ਨ 2022 ਦੇ ਵਿੱਚ ਓਪਨ ਹੋਈ ਹੈ 27 ਜਨਵਰੀ ਨੂੰ ਓਪਨ ਹੋਈ ਹੈ ਠੀਕ ਹੈ ਏ 17 ਮਾਰਚ ਤੱਕ ਇਹਦਾ ਟਾਈਮ ਹੈ ਠੀਕ ਹੈ 17 ਮਾਰਚ ਤੱਕ ਉਹਨਾਂ ਟਾਈਮ ਇਹਦਾ ਵਧਾ ਦਿੱਤਾ ਹੋਇਆ ਹੁਣ ਤੱਕ ਜਿਹੜੇ ਦੋਸਤਾਂ ਨੇ ਇਮੀਗ੍ਰੇਸ਼ਨ ਦੇ ਦੁਮਾਨ ਦੇ ਕੀਤੇ ਨੇ ਜਿੰਨੇ ਵੀ ਟੋਟਲ ਦੁਮਾਨ ਦੇ ਹੋਏ ਨੇ ਇਟਲੀ ਦੇ ਵਿੱਚ ਹੁਣ ਤੱਕ ਉਹ 69000 ਤੇ 700 ਠੀਕ ਹੈ 69700 ਹੁਣ ਤੱਕ ਦਾ ਟੋਟਲ ਦਮਾਂ ਦੇ ਜਿਹੜੇ ਨੇ ਉਹ ਹੋ ਚੁੱਕੇ ਨੇ ਇਹ ਜਿਹੜੀ ਅੱਜ ਦੀ ਤਾਜ਼ਾ ਤਰੀਨ ਅਪਡੇਟ ਨਿਊਜ਼ ਹੈ ਜਿਨ੍ਹਾਂ ਦੋਸਤਾਂ ਨੇ ਆਲਰੇਡੀ ਅਪਲਾਈ ਕੀਤਾ ਦਾ ਉਹ ਤਿੰਨ ਸੈਕਟਰ ਦੇ ਵਿੱਚ ਅਪਲਾਈ ਹੋ ਰਹੀ ਹੈ ਜਿਹੜੀ ਫਲੋਸੀ ਹੈ 2022 ਫਲੋਸੀ ਇਮੀਗ੍ਰੇਸ਼ਨ ਜਿਹੜੀ ਹੈ ਐਗਰੀਕਲਚਰ ਦੇ ਵਿੱਚ ਟੂਰਿਸਟ ਹੋਟਲ ਅਲਬਰਗੋ ਹੋਟਲ ਜਿਹੜੇ ਨੇ ਠੀਕ ਹੈ ਇਹਨਾਂ ਦੇ ਵਿੱਚ ਉਹ ਹੋ ਰਹੀ ਹੈ ਤੇ ਬਿਲਕੁਲ ਉਹਦਾ ਟਾਈਮ ਉਹਨਾਂ ਵਧਾ ਦਿੱਤਾ ਗਿਆ ਟਾਈਮ ਵਧਾ ਕੇ ਤੇ 17 ਮਾਰਚ 2022 ਕਰ ਦਿੱਤਾ ਗਿਆ ਤੇ ਜਿਹੜੇ ਦੋਸਤ ਦੂਸਰਾ ਦਮਾਂ ਦਾ ਕਰਦੇ ਨੇ ਸਪੈਸ਼ਲ ਕਾਊਂਟਰ ਵਾਲਾ ਜਿਹੜਾ ਵੇ ਠੀਕ ਹੈ ਉਹਨਾਂ ਅਗੇ ਰਿਕੁਐਸਟ ਹੈ ਕਿ ਉਹ ਕੋਈ ਨਾ ਕੋਈ ਵਕੀਲ ਕਰਨ ਵਕੀਲ ਕਰਕੇ ਵਕੀਲ ਨੂੰ ਜਿਸਟਿਸ ਅਮ ਦੱਸਣਗੇ ਉਹਨੂੰ ਪਤਾ ਚੱਲ ਜਾਏਗਾ ਔਰ ਮੇਰੀ ਜਿਹੜੀ ਦੂਸਰੀ ਮੈਂ ਵੀਡੀਓ ਅਪਲੋਡ ਕੀਤੀ ਦੀਏ ਉਹਦੇ ਉੱਤੇ ਮੈਂ ਤਿੰਨ ਫਾਰਮ ਵੀ ਦਿੱਤੇ ਦੇ ਨੇ ਔਰ ਉਹ ਫਾਰਮ ਤੁਸੀਂ ਦੇਖ ਸਕਦੇ ਹੋ ਵਕੀਲ ਨੂੰ ਵੀ ਦਿਖਾ ਸਕਦੇ ਹੋ ਆਪਣੇ ਨੂੰ ਉਹ ਤੁਹਾਡੇ ਨੋਮੇਕ ਨੀਓਮੇ ਸਾਰਾ ਕੁਝ ਫਿਲ ਕਰੇਗਾ ਫਿਲ ਕਰਨ ਤੋਂ ਬਾਅਦ ਉਹਦਾ ਇੱਕ ਲੈਟਰ ਵੀ ਨਾਲ ਲੱਗੇਗਾ ਉਹਦੇ ਤੇ ਲਿਖਿਆ ਹੋਏਗਾ ਮੰਦਾਤੋ ਕਿ ਯਾਨੀ ਕਿ ਮੈਂ ਇਸ ਬੰਦੇ ਨੂੰ ਭੇਜਣਾ ਪਿਆ ਉਹਦੇ ਤੇ ਵਕੀਲ ਦਾ ਨਾਮ ਵਕੀਲ ਦਾ ਡਰੈਸ ਹਰ ਚੀਜ਼ ਉੱਤੇ ਮੌਜੂਦ ਹੋਏਗੀ ਉਸ ਤੋਂ ਬਾਅਦ ਤੁਸੀਂ ਪੋਸਟੇਜ ਜਾਣਾ 50 ਯੂਰੋ ਫੀਸ ਧਾਰਨੀ ਹੈ ਦੁਬਾਰਾ ਤੁਸੀਂ ਚਲਾ ਜਾਣਾ ਹੈ ਕਸਤੂਰੇ ਕਸਤੂਰੇ ਦੇ ਵਿੱਚੋਂ ਤੁਹਾਨੂੰ ਜਿਹੜੀ ਅਪਾਇੰਟਮੈਂਟ ਮਿਲ ਜਾਵੇਗੀ ਫਿੰਗਰਾਂ ਦੀ ਔਰ ਫਿੰਗਰ ਦੇਣ ਤੋਂ ਬਾਅਦ ਤੁਹਾਨੂੰ ਉਸ ਜੋਰ 2 ਸਾਲ ਦੇ ਮਿਲ ਜਾਵੇਗੀ ਠੀਕ ਤੇ ਇਹ ਅੱਜ ਦੀ ਅਪਡੇਟ ਸੀ ਮੇਰੇ ਕੋਲ ਠੀਕ ਤੇ ਫਲੂਸੀ ਦੀ ਜਿਹੜੀ ਹੈ ਫਲੂਸੀ ਦਾ ਹਾਲ ਤੱਕ ਰ ਦਮਾਂ ਦੇ ਹੋ ਰਹੇ ਨੇ ਕੰਮ ਚੱਲਦਾ ਪਿਆ ਠੀਕ ਹੈ ਉਹਦਾ ਉਹਨਾ ਟਾਈਮ ਵਧਾ ਕੇ ਤੇ 17 ਮਾਰਚ ਤੱਕ ਕਰ ਦਿੱਤਾ ਵੈ 17 ਮਾਰਚ 2022 ਤੇ ਹਾਲੇ ਤੱਕ ਜਿਹੜੇ ਦਮਾnde ਹੋਏ ਨੇ ਮੈਂ ਆਲਰੇਡੀ ਪਹਿਲੇ ਵੀ ਦੱਸ ਚੁੱਕਾ ਹਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਵੀ ਦੇਖਦੇ ਹੋ ਪੇ ਠੀਕ ਹੈ 69700 ਜਿਹੜੇ ਹੁਣ ਤੱਕ ਦਮਾnde ਹੋ ਚੁੱਕੇ ਨੇ ਤੇ ਇਹਦੇ ਨਾਲ ਹੀ ਮੈਨੂੰ ਦਵੋ ਇਜਾਜ਼ਤ ਸੁਣੇ ਰੱਬ ਦੇ ਵਾਲੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰਿਓ ਸਬਸਕ੍ਰਾਈਬ ਨਾਓ and press the bell icon. Never miss an update.